ਅੱਜਕੱਲ੍ਹ ਲੋਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਤਾਂ ਜਾਇਜ਼ ਤਰੀਕੇ ਨਾਲ ਵਿਦੇਸ਼ ਜਾਂਦੇ ਨੇ ਪਰ ਕਈ ਲੋਕ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦਾ ਰਾਹ ਚੁਣਦੇ ਨੇ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨਾਲ ਠੱਗੀ ਵਜਣ ਦੇ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਨੇ। ਤਾਜ਼ਾ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਇੱਕ ਅਜਿਹੇ ਗਰੋ ਨੂੰ ਕਾਬੂ ਕਰ ਲਿਆ ਜਿਸ ਨੇ ਕੈਨੇਡਾ ਅਤੇ ਆਸਟ੍ਰੇਲੀਆ ਸਣੇ ਕਈ ਹੋਰ ਦੇਸ਼ਾਂ ਵਿੱਚ ਭੇਜਣ ਦੇ ਨਾਮ ਉੱਤੇ ਲੋਕਾਂ ਕੋਲੋਂ 20 ਕਰੋੜ ਰੁਪਏ ਠੱਗ ਲਏ। ਆਸਟ੍ਰੇਲੀਆ ਕੈਨੇਡਾ ਯੂਕਰੇਨ ਸਣੇ ਕਈ ਹੋਰ ਦੇਸ਼ਾਂ ਦਾ ਵੀਜ਼ਾ ਤੇ ਟਿਕਟ ਦਿਵਾਉਣ ਦੇ ਨਾਮ ਉੱਤੇ ਭਾਰਤ ਨੇਪਾਲ ਤੇ ਬੰਗਲਾਦੇਸ਼ ਦੇ 100 ਤੋਂ ਵੱਧ ਲੋਕਾਂ ਕੋਲੋਂ 20 ਕਰੋੜ ਰੁਪਏ ਠੱਗਣ ਵਾਲੇ ਗਿਰੋਹ ਦਾ ਸਾਈਬਰ ਥਾਣਾ ਪੁਲਿਸ ਨੇ ਖੁਲਾਸਾ ਕੀਤਾ ਪੁਲਿਸ ਨੇ ਇਸ ਮਾਮਲੇ ਵਿੱਚ ਗਿਰੋਹ ਦੀ ਮਾਸਟਰਮਾਈਂਡ ਮਹਿਲਾ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਰੋਹ ਦੀ ਮਾਸਟਰਮਾਈਂਡ 45 ਸਾਲ ਦੀ ਮਹਿਲਾ ਚੀਨੂ ਕਥੂਰੀਆ ਕਈ ਨਾਵਾਂ ਨਾਲ ਜਾਣੀ ਜਾਂਦੀ ਹੈ ਜਿਨ੍ਹਾਂ ਵਿੱਚ ਅਦਿਤੀ ਵਿਕਰਮ ਰਾਬਤ ਰੁਪਾਲੀ ਵਰਮਾ ਅਤੇ ਪ੍ਰਿਆ ਸ਼ਰਮਾ ਨਾਮ ਸ਼ਾਮਲ ਹੈ ਉਸ ਦਾ ਪਤੀ ਵੀ ਇਸ ਗਰੋ ਵਿੱਚ ਸ਼ਾਮਲ ਸੀ ਜਿਸ ਦੀ ਪਛਾਣ 47 ਸਾਲਾ ਨਿਰਜ ਕਥੂਰੀਆ ਵਜੋਂ ਹੋਈ ਇਹਨਾਂ ਦਾ ਇੱਕ ਹੋਰ ਸਾਥੀ 40 ਸਾਲ ਦਾ ਬਲਰਾਜ ਕਿਸ਼ੋਰ ਵੀ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਨ੍ਹਾਂ ਵਿੱਚ ਪੰਕਜ ਸਾਹਿਬ ਅਬੈ ਅਤੇ ਮਨੋਜ ਚੌਧਰੀ ਨਾਮ ਸ਼ਾਮਲ ਹੈ ਪੁਲਿਸ ਨੇ ਇਹਨਾਂ ਮੁਲਜ਼ਮਾ ਕੋਲੋਂ 13 ਲੱਖ ਰੁਪਏ ਨਕਦੀ 11 ਮੋਬਾਈਲ 12 ਪਾਸਬੁੱਕ 27 ਏਟੀਐਮ ਅਤੇ ਇੱਕ ਕਾਰ ਬਰਾਮਦ ਕੀਤੀ। ਪਿਛਲੇ 4-5 ਸਾਲ ਤੋਂ ਇਹ ਗਰੋਵ ਵਿਦੇਸ਼ ਭੇਜਣ ਦੇ ਨਾਮ 'ਤੇ ਲੋਕਾਂ ਨਾਲ ਠੱਗੀਆਂ ਮਾਰਦਾ ਆ ਰਿਹਾ ਸੀ। ਪੱਛਮੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਕਨਸ਼ਾਮ ਬੰਸਲ ਨੇ ਦੱਸਿਆ ਕਿ 12 ਮਾਰਚ ਨੂੰ ਟੈਗੋਰ ਗਾਰਡਨ ਵਾਸੀ ਮਿਰਾਜ ਕੁਮਾਰ ਨੇ ਵੀਜ਼ਾ ਤੇ ਟਿਕਟ ਦੇ ਨਾਮ 'ਤੇ 20,33,000 ਠੱਗੇ ਜਾਣ ਦੀ ਸ਼ਿਕਾਇਤ ਸਾਈਬਰ ਥਾਣੇ ਨੂੰ ਦਿੱਤੀ ਸੀ। ਉਹਨਾਂ ਨੂੰ ਆਸਟ੍ਰੇਲੀਆ ਜਾਣਾ ਸੀ ਫੇਸਬੁੱਕ ਉੱਤੇ ਉਹਨਾਂ ਨੇ ਇਸ਼ਤਿਹਾਰ ਦੇਖ ਕੇ ਨਿਰਜ ਅਤੇ ਅਦિતિ ਨਾਲ ਸੰਪਰਕ ਕੀਤਾ ਦੋਵਾਂ ਨੇ ਮਿਰਾਜ ਨੂੰ ਫਰਜ਼ੀ ਵੀਜ਼ਾ ਤੇ ਟਿਕਟ ਫੜਾ ਕੇ ਪੈਸੇ ਹੜੱਪ ਲਏ ਮਾਮਲਾ ਦਰਜ ਕਰਕੇ ਏਸੀਪੀ ਰਵਿੰਦਰ ਅਹਿਲਾਵਤ ਅਤੇ ਇਨਸਪੈਕਟਰ ਦੀਪਕ ਚਿੱਲਰ ਨੇ ਜਾਂਚ ਸ਼ੁਰੂ ਕੀਤੀ ਠੱਗੀ ਦੀ ਰਕਮ ਜਿਨ੍ਹਾਂ ਖਾਤਿਆਂ ਵਿੱਚ ਗਈ ਸੀ ਉਹਨਾਂ ਦੀ ਪੜਤਾਲ ਮਗਰੋਂ ਪੁਲਿਸ ਸੂਰਜ ਵਿਹਾਰ ਦਵਾਰ ਕਾ ਪਹੁੰਚੀ ਜਿੱਥੇ ਪੁਲਿਸ ਨੇ ਇਸ ਧੋਖੇਬਾਜ਼ ਜੋੜੇ ਨੂੰ ਦਬੋਚ ਲਿਆ ਜਦਕਿ ਬਲਰਾਜ ਨੂੰ ਮਹਾਵੀਰ ਐਨਕਲੇਵ ਤੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਅਦਿਤੀ ਦੇ ਦਫਤਰ ਦੀ ਤਲਾਸ਼ੀ ਲਈ ਤਾਂ ਉਤੋਂ 13 ਲੱਖ ਰੁਪਏ ਤੇ ਹੋਰ ਸਾਮਾਨ ਬਰਾਮਦ ਹੋਇਆ। ਇਹਨਾਂ ਮੁਲਜ਼ਮਾ ਨੇ ਸੋਸ਼ਲ ਨੈਟਵਰਕਿੰਗ ਸਾਈਟ ਉਤੇ ਦਰਜਨਾ ਫਰਜ਼ੀ ਅਕਾਊਂਟ ਬਣਾਏ ਹੋਏ ਸੀ। ਇਹਨਾਂ ਉੱਤੇ ਇਹ ਵਿਦੇਸ਼ ਭੇਜਣ ਅਤੇ ਵੀਜ਼ਾ ਟਿਕਟ ਦਿਵਾਉਣ ਦਾ ਲਾਰਾ ਲਾਉਂਦੇ ਸੀ। ਅਦਿਤੀ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੀ ਸੀ। ਉਸ ਦਾ ਪਤੀ ਨਿਰਜ ਠੱਗੀ ਦੀ ਰਕਮ ਨੂੰ ਮੈਨੇਜ ਕਰਨ ਲਈ ਬੈਂਕ ਖਾਤੇ ਆ ਤੇ SIM ਕਾਰ ਦਾ ਪ੍ਰਬੰਧ ਕਰਦਾ ਸੀ। ਜਦਕਿ ਬਲਰਾਜ ਵੱਲੋਂ ਫਰਜ਼ੀ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕੀਤਾ ਜਾਂਦਾ ਸੀ। ਪੁਲਿਸ ਮੁਤਾਬਕ ਇਹਨਾਂ ਤਿੰਨਾਂ ਨੇ ਲੋਕਾਂ ਕੋਲੋਂ 20 ਕਰੋੜ ਰੁਪਏ ਤੋਂ ਵੱਧ ਰੁਪਏ ਠੱਗੇ ਇਹ ਨੇਪਾਲ ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਨੂੰ ਫਸਾਉਂਦੇ ਸੀ ਰੁਪਏ ਹੜੱਪਣ ਬਾਅਦ ਇਹ ਆਪਣਾ ਫੋਨ ਨੰਬਰ ਬੰਦ ਕਰਨ ਤੋਂ ਇਲਾਵਾ ਪੁਰਾਣੇ ਬੈਂਕ ਖਾਤਿਆਂ ਨੂੰ ਬੰਦ ਕਰਵਾ ਕੇ ਨਵੇਂ ਖਾਤੇ ਖੁਲਵਾ ਲੈਂਦੇ ਸੀ ਬਿਊਰੋ ਰਿਪੋਰਟ ਹਮਦਰ ਟੀਵੀ